ਲਿਖ ਕੇ ਦੇ ਦੇਣ ਵੀ ਅਸੀਂ ਦਵਾਈ ਦੇਣੀ ਨਹੀਂ ਹੈਗੀ, ਸਾਡੀ ਇੱਥੇ ਡਿਊਟੀ ਵੀ ਹੈ ਨਹੀਂ ਜੀ। ਹਾਂਜੀ ਬਹੁਤ ਕਰਦੇ ਆ ਜੀ, ਧੱਕੇ ਮਾਰੇ ਇਹਨਾਂ ਨੇ ਮਰੀਜ਼ਾਂ ਨੂੰ, ਅੰਦਰ ਵੜਿਆ ਨੂੰ ਬਾਹਰ ਕੱਢਿਆ ਨੂੰ ਧੱਕੇ ਦੇ। ਇੱਦਾਂ ਹੀ ਪੁੱਛ ਰਹੇ ਸੀਗੇ ਵੀ ਸਾਨੂੰ ਦਵਾਈ ਦਿਓਗੇ ਕਿ ਨਹੀਂ, ਦਵਾਈ ਇਹ ਕਹਿੰਦੇ ਨਹੀਂ ਦਿਓਗੇ, ਇਹ ਕਹਿੰਦੇ ਇੱਥੇ ਗਲਤ ਨਹੀਂ ਆਉਣਗੇ। ਮੈਂ SMO, ਮੇਰਾ ਕੰਮ ਵੀ ਨਹੀਂ ਹੈ ਦੇਖਣਾ ਮਰੀਜ਼, ਮੈਂ ਫਿਰ ਵੀ ਦੇਖ ਰਹੀ ਹਾਂ ਔਰ ਪਬਲਿਕ ਮਿਸਬਿਹੇਵ ਕਰ ਰਹੀ ਹੈ, ਐਸੇ ਨਹੀਂ ਚੱਲੇਗਾ। ਹਸਪਤਾਲ ਕਾਹਦੀ ਖਾਤਰ ਹੈ, ਅਲੱਗ ਅਲੱਗ ਜੇ ਬਣੇ ਹੋਏ ਆ ਇੱਥੇ ਰੂਮ ਤਾਂ ਬਿਠਾਓ ਡਾਕਟਰ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ, ਉੱਥੇ ਹੀ ਪੰਜਾਬ ਦੇ ਵਿੱਚ ਪੁਰਾਣੇ ਬਹੁਮੰਜ਼ਲੀ ਇਮਾਰਤਾਂ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੀ ਡਿਊਟੀਆਂ ਬਾਹਰ ਲਗਾ ਕੇ ਮਰੀਜ਼ਾਂ ਨੂੰ ਰੱਬ ਦੇ ਸਹਾਰੇ ਛੱਡ ਦਿੱਤਾ ਗਿਆ। ਇਹ ਮਾਮਲਾ ਭਦੌੜ ਤੋਂ ਸਾਹਮਣੇ ਆਇਆ ਜਿੱਥੇ ਕਿ ਬਹੁਮੰਜ਼ਲੀ ਹਸਪਤਾਲ ਦੇ ਵਿੱਚ ਅੱਜ ਇੱਕ ਵੀ ਡਾਕਟਰ ਲੋਕਾਂ ਨੂੰ ਦਵਾਈ ਦੇਣ ਦੇ ਲਈ ਉਪਲਬਧ ਨਹੀਂ ਸੀ। ਇਸ ਮੌਕੇ ਹਸਪਤਾਲ ਆਏ ਮਰੀਜ਼ਾਂ ਨੇ ਜਦੋਂ ਦਵਾਈ ਲੈਣੀ ਚਾਹੀ ਤਾਂ ਸੰਬੰਧਿਤ ਹਸਪਤਾਲ ਦੀ SMO ਨੇ ਪਹਿਲਾਂ ਤਾਂ ਦਵਾਈ ਦੇਣੀ ਖੁਦ ਸ਼ੁਰੂ ਕਰ ਦਿੱਤੀ, ਪਰ ਜਦੋਂ ਜ਼ਿਆਦਾ ਮਰੀਜ਼ ਦਵਾਈ ਲੈਣ ਲਈ ਪਹੁੰਚ ਗਏ ਤਾਂ ਉੱਥੇ ਤਕਰਾਰ ਹੁੰਦਾ ਹੁੰਦਾ ਬਚ ਗਿਆ। ਜਾਣਕਾਰੀ ਦਿੰਦਿਆਂ ਜੱਗੀ ਸਿੰਘ ਅਤੇ ਭੁਪਿੰਦਰ ਸਿੰਘ ਪਿੰਡ ਜੰਗਿਆਣਾ ਅਤੇ ਹੋਰ ਮਹਿਲਾਵਾਂ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਲੈਂਦੇ ਹਾਂ, ਪਰ ਅੱਜ ਜਦੋਂ ਅਸੀਂ ਹਸਪਤਾਲ ਦੇ ਵਿੱਚ ਦਵਾਈ ਲੈਣ ਲਈ ਪਹੁੰਚੇ ਤਾਂ ਇੱਥੇ ਕੋਈ ਵੀ ਡਾਕਟਰ ਤਾਇਨਾਤ ਨਹੀਂ ਸੀ, ਅਤੇ ਜਦੋਂ ਅਸੀਂ SMO ਮੈਡਮ ਦੇ ਕੋਲ ਦਵਾਈ ਲੈਣ ਲਈ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਹੱਡੀਆਂ ਦੇ ਇਲਾਜ ਲਈ ਅਸੀਂ ਦਵਾਈ ਨਹੀਂ ਦੇ ਸਕਦੇ ਅਤੇ ਸਿਰਫ ਤੁਹਾਡੇ ਦਰਦ ਨੂੰ ਰੋਕਣ ਦੇ ਲਈ ਦਰਦ ਨਿਵਾਰਕ ਹੀ ਦੇ ਸਕਦੇ ਹਾਂ, ਜਿਸ ਨੂੰ ਲੈ ਕੇ ਉੱਥੇ ਬਵਾਲ ਹੁੰਦਾ ਹੁੰਦਾ ਬਚਿਆ। ਇਸ ਮੌਕੇ ਸੰਬੰਧਿਤ ਮਰੀਜ਼ਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਮੰਗ ਕੀਤੀ ਹੈ ਕਿ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਪੁਰਾਣੇ ਹਸਪਤਾਲਾਂ ਨੂੰ ਹੀ ਸੁਚਾਰੂ ਢੰਗ ਦੇ ਨਾਲ ਚਲਾਇਆ ਜਾਵੇ ਅਤੇ ਇੱਥੇ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਸਕੇ ਤਾਂ ਜੋ ਸਥਾਨਕ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮਾਂ ਰਹਿੰਦੇ ਹੀ ਉਹ ਆਪਣਾ ਇਲਾਜ ਕਰਵਾ ਸਕਣ। ਉੱਥੇ ਹੀ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਜੇਕਰ ਇੱਥੇ ਹਸਪਤਾਲ ਦੇ ਵਿੱਚ ਡਾਕਟਰ ਜਲਦੀ ਪੂਰੇ ਨਾ ਕੀਤੇ ਗਏ ਤਾਂ ਉਹ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਡਾਕਟਰਾਂ ਦੀ ਪੂਰਤੀ ਦੇ ਲਈ ਧਰਨਾ ਲਗਾਉਣਗੇ, ਜਿਸ ਦੀ ਜ਼ਿੰਮੇਵਾਰ ਖੁਦ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਸੰਬੰਧੀ ਜਦੋਂ SMO ਮੈਡਮ ਰੂਬੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਹਸਪਤਾਲ ਦੇ ਵਿੱਚ ਡਾਕਟਰ ਨਾ ਹੋਣ ਕਾਰਨ ਉਹ ਖੁਦ ਮਰੀਜ਼ਾਂ ਨੂੰ ਦਵਾਈ ਦੇ ਰਹੇ ਨੇ ਤੇ ਡਾਕਟਰਾਂ ਦੀ ਘਾਟ ਸੰਬੰਧੀ ਉਹ ਕੁਝ ਸਮਾਂ ਪਹਿਲਾਂ ਸਿਵਲ ਸਰਜਨ ਬਰਨਾਲਾ ਨੂੰ ਡਾਕਟਰ ਪੂਰੇ ਕਰਨ ਦੇ ਲਈ ਅਰਜ਼ੀ ਵੀ ਦੇ ਚੁੱਕੇ ਨੇ, ਪਰ ਹਾਲੇ ਤੱਕ ਉਹਨਾਂ ਦੇ ਕੋਲ ਸਿਰਫ 2 ਹੀ ਡਾਕਟਰ ਨੇ ਅਤੇ 24 ਘੰਟਿਆਂ ਦੀ ਡਿਊਟੀ ਕਰਨ ਤੋਂ ਬਾਅਦ ਇਹ ਡਾਕਟਰ ਵੀ ਛੁੱਟੀ ਤੇ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਤੀਸਰੇ ਦਿਨ ਕੋਈ ਵੀ ਡਾਕਟਰ ਨਾ ਹੋਣ ਕਾਰਨ ਖੁਦ ਦਵਾਈਆਂ ਦੇ ਕੇ ਮਰੀਜ਼ਾਂ ਦੇ ਲਈ ਬੈਠਣਾ ਪੈਂਦਾ ਹੈ। ਹਾਲਾਂਕਿ ਉਹਨਾਂ ਦੀ ਡਿਊਟੀ ਹੀ ਨਹੀਂ ਹੈ, ਸਗੋਂ ਉਹਨਾਂ ਨੂੰ ਹੋਰ ਵੀ ਦਫ਼ਤਰੀ ਕੰਮ ਬਹੁਤ ਹੁੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਡਾਕਟਰ ਨਾ ਹੋਣ ਕਾਰਨ ਉਹ ਖੁਦ ਦਵਾਈਆਂ ਦੇ ਰਹੇ ਨੇ ਤੇ ਉੱਪਰੋਂ ਦਫ਼ਤਰੀ ਕੰਮ ਕਾਰਨ ਉਹਨਾਂ ਨੂੰ ਕੁਝ ਸਮੇਂ ਦੇ ਲਈ ਕੰਪਿਊਟਰ ਦੇ ਉੱਤੇ ਜਾਣਾ ਪਿਆ ਤਾਂ ਮਰੀਜ਼ ਆਪਸ ਦੇ ਵਿੱਚ ਰੌਲਾ ਪਾਉਣ ਲੱਗੇ ਅਤੇ ਡਾਕਟਰ ਨਾ ਹੋਣ ਦੇ ਸਵਾਲ ਤੇ ਮੇਰੇ ਨਾਲ ਵੀ ਬਹਿਸਣ ਲੱਗੇ। ਜਦੋਂ ਇਸ ਸੰਬੰਧੀ ਬਰਨਾਲਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਭਦੌੜ ਵਿਖੇ ਡਾਕਟਰ ਘੱਟ ਨੇ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਏਗਾ। ਅਸੀਂ ਜੀ ਭਦੌੜ ਤੋਂ ਹੀ ਆ ਨੌਕਲੀ, ਅਸੀਂ ਜੀ ਦਵਾਈ ਲੈਣ ਆਏ ਸੀ ਮੈਡੀਸਨ, ਪਰ ਮੈਡਮ ਨਾ ਇਹ ਮੈਡਮ ਯਾਨੀ ਕਿ ਧੱਕਾ ਕਰ ਰਿਹਾ, ਮਰੀਜ਼ਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਆ। ਇਹਨਾਂ ਦੀ ਡਿਊਟੀ 3 ਵਜੇ ਤੱਕ ਆ, ਇਹ ਕਹਿ ਰਹੇ ਆ ਕਿ ਸਾਡੀ ਡਿਊਟੀ ਕੋਈ ਹੈ ਨਹੀਂ ਇੱਥੇ। 1:40 'ਤੇ ਫੋਨ ਲੈ ਕੇ ਉੱਠ ਕੇ ਇੱਧਰ ਆ ਕੇ ਬਹਿ ਗਏ ਰੂਮ 'ਚ, ਕਹਿੰਦੇ ਜਿਹਨੇ ਦਵਾਈ ਲੈਣੀ ਆ ਇਹ ਰੂਮ 'ਚ ਆਓ, ਮੈਂ ਦਵਾਈ ਨਹੀਂ ਦੇਣੀ। ਅਤੇ ਫਿਰ ਇਹ ਲਿਖ ਕੇ ਦੇ ਦੇਣ ਵੀ ਅਸੀਂ ਦਵਾਈ ਦੇਣੀ ਨਹੀਂ ਹੈਗੀ, ਸਾਡੀ ਇੱਥੇ ਡਿਊਟੀ ਵੀ ਹੈ ਨਹੀਂ। ਜਦੋਂ ਹਾਂਜੀ ਬਹੁਤ ਕਰਦੇ ਆ ਜੀ, ਧੱਕੇ ਮਾਰੇ ਇਹਨਾਂ ਨੇ ਮਰੀਜ਼ਾਂ ਨੂੰ, ਅੰਦਰ ਵੜਿਆ ਨੂੰ ਬਾਹਰ ਕੱਢਿਆ ਇਹਨਾਂ ਨੂੰ ਧੱਕੇ ਦੇ ਕੇ। ਹਾਂਜੀ ਸਾਨੂੰ 3 ਘੰਟੇ ਹੋ ਗਏ ਜੀ ਇੱਥੇ ਖੜਿਆ ਨੂੰ, ਕਹਿੰਦੇ ਮੈਂ ਕਸਟਮਰ ਸਾਰੇ ਤੋਰ ਕੇ ਆਇਆ ਜੀ, ਸਾਰੇ ਮਰੀਜ਼ ਉੱਥੇ ਖੜੇ ਸੀ ਪਹਿਲਾਂ ਦੀ। ਹਾਂਜੀ ਇਹ ਸਾਰੇ ਦਵਾਈ ਲੈਣ ਵਾਲੇ ਆ, ਹੁਣ ਵੀ ਮਰੀਜ਼ਾਂ ਨੂੰ ਅੰਦਰ ਵੜਿਆ ਨੂੰ ਇਹ ਬਹੁਤ ਬੋਲ ਰਹੇ ਸੀਗੇ, ਬੇਇੱਜ਼ਤੀ ਕਰਕੇ ਪਹਿਲਾਂ ਫਿਰ ਦਵਾਈ ਦਿੰਦੇ ਸੀ।
ਹੌਸਪੀਟਲ 'ਚ ਜੀ ਅਸੀਂ ਆਏ ਸੀਗੇ ਵੀ ਆਪਣਾ ਐਕਸਰੇ ਕਰਵਾਉਣਾ ਸੀਗਾ ਮੈਂ ਆਪਣੇ ਗੋਡੇ ਦਾ, ਮੇਰੇ ਸੱਟ ਵੱਜ ਗਈ ਸੀਗੀ ਅਤੇ ਵੀ ਚਲੋ ਅਸੀਂ ਐਕਸਰੇ ਕਰਵਾ ਲਈਏ ਸਰਕਾਰੀ ਹਸਪਤਾਲ 'ਚ, ਪਰ ਇਹ ਕਹਿੰਦੇ ਵੀ ਇਸ ਡਾਕਟਰ ਹੈ ਨਹੀਂ ਗੇ, ਤਾਂ ਕਰਕੇ ਵੀ ਮੈਂ ਆਇਆ ਤਾਂ ਸੀਗਾ ਵੀ ਇਹਨਾਂ ਨੇ ਕੋਈ ਗੱਲਬਾਤ ਛੇੜੀ ਨਹੀਂ ਇੱਦਾਂ ਦੀ ਕੋਈ। ਦੁਰਵਿਵਹਾਰ ਕਰਦੇ ਸੀਗੇ ਜੀ, ਬਾਬਾ ਸੀਗੇ ਆਪਣੇ ਮਰੀਜ਼ ਵੀ ਸੀਗੇ, ਅਤੇ ਹੁਣ ਮੈਂ ਤਾਂ ਹੁਣ ਕੀ ਕਰ ਸਕਦਾ ਇਕੱਲਾ ਕਿ ਨਹੀਂ, ਅਤੇ ਦਵਾਈ ਦਿੱਤੀ ਤੁਹਾਨੂੰ? ਦਵਾਈ ਨਹੀਂ ਦਿੱਤੀ ਜੀ। ਕਹਿੰਦੇ ਉਹ ਕਹਿੰਦੇ ਇੱਥੇ ਮਤਲਬ ਇਹ ਇਲਾਜ ਹੈ ਨਹੀਂ ਗਾ, ਗੋਡੇ ਡਾਕਟਰ ਹੀ ਹੈ ਨਹੀਂ ਗੇ, ਤਾਂ ਕਰਕੇ। ਨਾ ਜੀ ਕੋਈ ਰੈਫਰ ਵਗੈਰਾ ਨਹੀਂ ਕੀਤਾ, ਇੱਦਾਂ ਕੋਈ ਗੱਲ ਨਹੀਂ ਕੀਤੀ। ਠੀਕ ਹੈ ਜੀ, ਇਹ ਕਹਿੰਦੇ ਵੀ ਤਾਂ ਤੁਸੀਂ ਸਾਡੇ ਨਾਲ ਦੁਰਵਿਵਹਾਰ ਕਰਦੇ, ਤਾਂ ਕਰਕੇ ਫਿਰ ਚਲੋ ਆਪਾਂ ਕੀ ਕਰ ਲਿਆ। ਨਾ ਅਸਾਂ ਤਾਂ ਕੁਝ ਨਹੀਂ ਕੀਤਾ ਜੀ, ਅਸੀਂ ਤਾਂ ਕੋਈ ਗੱਲ ਨਹੀਂ, ਇੱਦਾਂ ਹੀ ਪੁੱਛ ਰਹੇ ਸੀਗੇ ਵੀ ਸਾਨੂੰ ਦਵਾਈ ਦਿਓਗੇ ਕਿ ਨਹੀਂ ਦਵਾਈ ਹੈ। ਕਹਿੰਦੇ ਨਹੀਂ ਮਿਲਦੀ, ਇਹ ਕਹਿੰਦੇ ਇੱਥੇ ਡਾਕਟਰ ਆਉਣਗੇ ਜਲਦੀ ਤੋਂ ਜਲਦੀ, ਨਹੀਂ ਫਿਰ ਇੱਥੇ ਡਾਕਟਰ ਬਿਠਾਉਣ ਦੀ ਕੋਈ ਗੱਲ ਨਹੀਂ। ਅਸੀਂ 11:30 ਵਜੇ ਆਏ ਸੀਗੇ, 2 ਵੱਜ ਗਏ ਜੀ, ਬਹੁਤ ਟਾਈਮ ਹੋ ਗਈ। ਅਸੀਂ ਆਪਦਾ ਦੂਜਾ ਵੀ ਕੰਮ, ਆਪਦੇ ਘਰ ਬਾਰ ਤੇ ਕੰਮ ਵੀ ਕਰਨਾ। ਅਸੀਂ ਆਪਣਾ ਜੰਗੇ ਨਹੀਂ ਪਿੰਡ, ਕੋਈ ਖੱਜਲ ਖਵਾਰ ਨਹੀਂ ਹੋ ਰਹੇ। ਮੈਨੇ ਸੁਬੇ ਸੇ ਦੇਖਿਆ ਹਮਾਰੇ ਪਾਸ ਕੋਈ ਵੀ ਮੈਡੀਕਲ ਡਾਕਟਰ ਨਹੀਂ ਹੈ, ਉਲਟਾ ਯੇ ਮੇਰੇ ਸਾਥ ਲੜਾਈ ਕਰ ਰਹੇ ਹੈ ਕਿ ਮੈਂ ਮਰੀਜ਼ ਕਿਉਂ ਦੇਖ ਰਹੀ ਹਾਂ। ਉਹ ਬੋਲਦੇ ਆ ਵੀ ਆਪਨੇ ਉਨਕੋ ਕਿਸੇ ਕੋ ਧੱਕਾ ਦਿਆ ਹੈ। ਬਿਲਕੁਲ ਝੂਠ, ਬਿਲਕੁਲ ਗਲਤ। ਆਪ ਵੈਸੇ ਮੇਰੇ ਪਾਸ ਬਿਨਾਂ ਇਜਾਜ਼ਤ ਕੇ ਅੰਦਰ ਆਏ ਹੋ, ਠੀਕ ਹੈ ਨਾ। ਕੋਈ ਬਾਤ ਨਹੀਂ, ਮੈਂ SMO ਹੂੰ, ਮੇਰਾ ਕੰਮ ਵੀ ਨਹੀਂ ਹੈ ਦੇਖਣਾ ਮਰੀਜ਼, ਮੈਂ ਫਿਰ ਵੀ ਦੇਖ ਰਹੀ ਹਾਂ ਔਰ ਪਬਲਿਕ ਮਿਸਬਿਹੇਵ ਕਰ ਰਹੀ ਹੈ, ਐਸੇ ਨਹੀਂ ਚੱਲੇਗਾ। ਇਨਕੋ ਚਾਹੀਏ ਆਪਣਾ ਧੈਰਯ ਰੱਖੇ, ਠੀਕ ਹੈ। ਫਾਲਤੂ ਬੋਲਤੇ ਹੈ ਹਮਾਰੇ ਮਰੀਜ਼, ਏਕ ਵੀ ਡਾਕਟਰ ਨਹੀਂ ਹੈ ਮੇਰੇ ਪਾਸ। ਡਾਕਟਰ ਆਪਕੇ ਪਾਸ ਹੈ ਨਹੀਂ ਹੋਸਪਿਟਲ ਮੇਂ? ਕੋਈ ਨਾਈਟ ਡਿਊਟੀ ਕਰਕੇ ਚਲੇ ਗਏ ਹੈ, ਠੀਕ ਹੈ ਨਾ, ਔਰ ਇੱਕ ਕੱਲ੍ਹ ਨਾਈਟ ਕਰਨੇ ਆਏਗੇ, ਔਰ ਇੱਕ ਯੇ ਸਿਵਲ ਮੇਂ ਉਨਕੀ ਡਿਊਟੀ ਲੱਗੀ ਥੀ। ਹਮਾਰੇ ਪਾਸ ਕੋਈ ਡਾਕਟਰ ਨਹੀਂ ਹੈ, ਇੱਕ ਛੁੱਟੀ ਕੇ। ਮੈਨੇ ਕੋਈ ਧੱਕੇ ਨਹੀਂ ਮਾਰੇ, ਐਸੇ ਹੀ ਫਾਲਤੂ ਇਲਜ਼ਾਮ ਲਗਾਤੇ ਹੈਂ, ਆਪ ਜਾਓ ਯਹਾਂ ਸੇ। ਗਰਦਨ ਵਾਲੇ ਕੋਲ ਜਾਓ ਤੇ ਮੈਂ ਸਿਰਫ ਤੁਹਾਨੂੰ ਪੇਨ ਕਿਲਰ ਲਿਖ ਕੇ ਦੇ ਸਕਦੀ ਹਾਂ। ਇਹਨਾਂ ਨੇ ਲਿਖੀ ਉਹ ਪੈਰਾਸੀਟਾਮੋਲ, ਆਹੀ ਹੈ ਪੇਨ ਕਿਲਰ, ਤਾਂ ਇਹੀ ਹੁੰਦੀ ਆ ਜਿਹੜੀ ਕਿ ਮਤਲਬ ਕਿ ਮੈਂ 1.5 ਮਹੀਨੇ ਤੋਂ ਇਹ ਦਰਦ ਸਹਿ ਰਹੀ ਹਾਂ, ਕਿਉਂਕਿ ਮੈਂ ਕਹਿੰਦੀ ਵੀ ਮੈਂ ਉਹ ਗੋਲੀ ਨਹੀਂ ਖਾਣੀ, ਕਿਉਂਕਿ ਇਹੀ ਦੱਸਦੇ ਆ ਲੋਕ ਵੀ ਇਹ ਗੋਲੀ ਨਹੀਂ ਖਾਣੀ ਚਾਹੀਦੀ ਹੈ, ਗੁਰਦਿਆਂ ਨੂੰ ਸਿਰਫ ਕਰਦੀ ਹੈ ਫਲਾਨਾ ਤੇ ਉਹ ਸੌ ਕੁਛ ਕਹਿੰਦੇ ਆ, ਮੈਂ ਇਹ ਗੋਲੀ ਬਿਲਕੁਲ ਹੀ ਨਹੀਂ ਲੈਂਦੀ। ਜੇ ਕੋਈ ਡਾਕਟਰ ਮੈਨੂੰ ਇਹ ਗੋਲੀ ਵਿੱਚ ਵੀ ਦਵਾਈਆਂ ਦਿਲਾਉਂਦੇ, ਮੈਂ ਤਾਂ ਵੀ ਨਹੀਂ ਲੈਂਦੀ, ਮੈਂ ਉਹ ਕੱਢ ਕੇ ਸੁੱਟ ਦਿੰਦੀ ਹਾਂ। ਤੁਹਾਨੂੰ ਇਹਨਾਂ ਨੇ ਕਿੱਦਾਂ ਡੀਲ ਕਰਿਆ? ਮਤਲਬ ਕਿ ਡੀਲ ਇਹ ਕੀਤਾ, ਮਤਲਬ ਕਿ ਪ੍ਰੋਬਲਮ ਜਿੱਥੋਂ ਵੀ ਹੋਈ ਆ, ਮੁਸ਼ਕਲ ਇਹ ਹੋਈ ਆ, ਮੈਡਮ ਉੱਥੋਂ ਪੌਣੇ ਦੋ ਆ ਗਏ ਇੱਧਰ ਫੋਨ 'ਤੇ ਗੱਲ ਕਰਨ ਲੱਗ ਗਏ। ਅਸੀਂ ਸਾਰਿਆਂ ਨੇ ਇਹ ਗੱਲ ਕਿ ਵੀ ਮੈਡਮ ਨੂੰ ਪੁੱਛਿਆ ਵੀ ਮੈਡਮ ਤੁਸੀਂ ਦਵਾਈ ਦੇਵੋਗੇ? ਮੈਡਮ ਕਹਿੰਦੇ ਵੀ ਕੋਈ ਖਾਸ ਗੱਲ ਆ ਤਾਂ ਦੱਸੋ, ਵੀ ਕੋਈ ਨਹੀਂ ਮੈਂ ਬੈਠੂੰਗੀ। ਇਹ ਕਹਿ ਕੇ ਮੈਡਮ ਇੱਧਰ ਰੂਮ 'ਚ ਆ ਕੇ ਬਹਿ ਗਏ। ਮੈਨੂੰ ਕਹਿੰਦੇ ਮੇਰੀ ਕਾਗਜ਼ੀ ਕਾਰਵਾਈ ਹੈ, ਕਾਗਜ਼ ਪੱਤਰ ਕੰਮ ਕਰੂੰਗੀ ਮੈਂ, ਮਤਲਬ ਕਿ ਮੇਰੀ ਇਹ ਡਿਊਟੀ ਹੈ ਨਹੀਂ ਗੀ, ਮਤਲਬ ਕਿ ਅਸੀਂ 1.5 ਘੰਟੇ 2 ਘੰਟੇ ਤੋਂ ਵੇਟ ਕਰ ਰਹੇ ਹਾਂ। ਫਿਰ ਮੈਂ ਫਿਰ ਡਾਕਟਰ ਦੇਣ ਇਹ ਮੈਡਮ, ਚਾਹੇ ਕੋਈ ਤਾਂ ਹਸਪਤਾਲ ਦੇ ਵਿੱਚ ਐਸੇ ਦਾ ਇਸ ਤਰ੍ਹਾਂ ਦੂ ਜਿਹਦੇ ਬਾਗਡੋਰ ਹੋਊ ਜਿਹਦੇ ਹਸਪਤਾਲ ਦੀ, ਉਹ ਡਾਕਟਰ ਨੂੰ ਲਿਆਵੇ, ਉਹ ਪੂਰੀ ਡਿਊਟੀ 'ਤੇ ਹਾਜ਼ਰ ਕਰਨ। ਹੁਣ ਜੇ ਗੋਡੇ ਵਾਲਾ ਆ ਗਿਆ, ਆਪਾਂ ਕਹਿੰਦੇ ਵੀ ਮੇਰੇ ਕੋਲ ਗੋਡੇ ਵਾਲਾ ਡਾਕਟਰ ਨਹੀਂ ਭਾਈ ਜਾਓ, ਜੇ ਗਰਦਨ ਵਾਲਾ ਆ ਗਿਆ ਮੇਰੇ ਕੋਲ ਗਰਦਨ ਵਾਲਾ ਡਾਕਟਰ ਨਹੀਂ, ਤੁਸੀਂ ਜਾਓ, ਫਿਰ ਕਿੱਥੇ ਜਾਈਏ? ਹਸਪਤਾਲ ਕਾਹਦੀ ਖਾਤਰ ਹੈ? ਅਲੱਗ ਅਲੱਗ ਜੇ ਬਣੇ ਹੋਏ ਆ ਇੱਥੇ ਰੂਮ ਤਾਂ ਬਿਠਾਓ ਡਾਕਟਰ। ਮੇਰੀ ਇਹੀ ਅਪੀਲ ਆ, ਮਤਲਬ ਕਿ ਭਗਵੰਤ ਮਾਨ ਨੂੰ ਵੀ ਇਹੀ ਕਹਿੰਦੀ ਹਾਂ ਕਿ ਉਦੋਂ ਪਹਿਲਾਂ ਕਿਤੇ ਇੱਥੇ ਕਹਿੰਦੇ ਸੀ ਇਸ ਤਰ੍ਹਾਂ ਕਰਾਂਗੇ ਹਸਪਤਾਲ ਨੂੰ, ਬਾਕੀ ਹੁਣ ਤਾਂ ਇੱਥੇ ਕੋਈ ਵੀ ਨਹੀਂ ਗਾ, ਇੱਕ ਡਾਕਟਰ ਵੀ ਨਹੀਂ ਗਾ। ਇਹ ਮੈਡਮ ਵੀ ਕਹਿੰਦੇ ਆ ਮੈਂ ਦੇਖ ਰਹੀ ਹਾਂ ਮਰੀਜ਼ ਵੱਲ, ਮੇਰੀ ਡਿਊਟੀ ਨਹੀਂ ਹੈਗੀ। ਫਿਰ ਡਿਊਟੀ ਵਾਲੇ ਕਿੱਥੇ ਗਏ ਹੋਏ ਆ ਇਹ ਵੀ ਤਾਂ ਦੱਸੋ ਸਾਨੂੰ। 1.5 ਮਹੀਨਿਆਂ ਤੋਂ ਅਸੀਂ ਮਸਾਂ ਘਰੋਂ ਨਿਕਲ ਕੇ ਕੰਮਾਂ ਧੰਦਿਆਂ ਤੋਂ ਅਸੀਂ ਡਾਕਟਰਾਂ ਕੋਲ ਆਉਂਦੇ ਹਾਂ, ਪਹਿਲਾਂ ਤਾਂ ਅਸੀਂ ਕੁਰਸੀਆਂ 'ਤੇ ਬੈਠੇ ਰਹੇ ਹਾਂ ਘੰਟਾ, ਫਿਰ ਅਸੀਂ ਲਾਈਨ 'ਚ ਖੜ੍ਹੇ ਰਹੇ ਹਾਂ ਘੰਟਾ, ਉਸ ਤੋਂ ਬਾਅਦ ਮੈਡਮ ਉੱਠ ਕੇ ਆ ਗਏ, ਫਿਰ ਉਦੋਂ ਬਾਅਦ 'ਚ ਅਸੀਂ ਬੋਲਾਂਗੇ ਨਹੀਂ ਤਾਂ ਕੀ ਕਰਾਂਗੇ।
ਹਾਂਜੀ ਸਾਡੀ ਤਾਂ ਬਸ ਇਹੀ ਹੈ ਮਤਲਬ ਕਿ ਵੀ ਇੱਥੇ ਡਾਕਟਰ ਹੋਣੇ ਚਾਹੀਦੇ ਆ, ਅਸੀਂ ਇੱਥੋਂ ਹੀ ਹਾਂ ਜੀ ਭਦੌੜ ਤੋਂ। ਭਦੌੜ ਤੋਂ ਰਜਿੰਦਰ ਸਿੰਘ ਦੀ ਰਿਪੋਰਟ ਔਨ ਏਅਰ।